ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਆਲ ਇੰਡੀਆ ਕਾਂਗਰਸ ਪਾਰਟੀ ਵੱਲੋਂ 14 ਦਸੰਬਰ ਨੂੰ ਦਿੱਲੀ ਵਿਖੇ ਭਾਰਤ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਲੈ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਆਦੇਸ਼ਾਂ ਅਤੇ ਵਿਧਾਨ ਸਭਾ ਹਲਕਾ ਫਲੋਰ ਦੇ ਇੰਚਾਰਜ ਚੌਧਰੀ ਵਿਕਰਮਜੀਤ ਸਿੰਘ ਦੇ ਨਿਰਦੇਸ਼ ਤੇ ਸ਼ਹਿਰ ਗੁਰਾਇਆ ਤੋਂ ਕਾਂਗਰਸ ਪਾਰਟੀ ਦਾ ਕਾਫਲਾ ਬਲਾਕ ਰੁੜਕਾ ਕਲਾਂ ਦੇ ਪ੍ਰਧਾਨ ਰਾਕੇਸ਼ ਦੁੱਖਲ, ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਅਤੇ ਵਾਈਸ ਪ੍ਰਧਾਨ ਕਾਂਗਰਸ ਗੁਰਾਇਆ ਸੰਜੇ ਡਵਾਲ ਦੀ ਅਗਵਾਈ ਹੇਠ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਰਾਕੇਸ਼ ਦੁੱਗਲ, ਕਮਲਦੀਪ ਸਿੰਘ ਬਿੱਟੂ ਅਤੇ ਸੰਜੇ ਅਟਵਾਲ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਕਾਂਗਰਸ ਪਾਰਟੀ ਹਮੇਸ਼ਾ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਸ਼ਹਿਰੀ ਪ੍ਰਧਾਨ ਮੁਨੀਸ਼ ਜੈਨ, ਤਾਰਾ ਸਿੰਘ ਰਾਏ, ਕੌਂਸਲਰ ਜਸਵਿੰਦਰ ਚਿੰਤਾ, ਸਾਬਕਾ ਕੌਂਸਲਰ ਜੀਵਨ ਕੁਮਾਰ, ਸਾਬਕਾ ਕੌਂਸਲਰ ਸਤਵਿੰਦਰ, ਰੋਸ਼ਨ ਲਾਲ ਕੌਂਸਲਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸ ਵਰਕਰ ਮੌਜੂਦ ਸਨ। ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ਦੇ ਉੱਤੇ ਜਿਹੜੀ ਕੱਲ੍ਹ 14 ਤਰੀਕ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਕਾਂਗਰਸ ਦੀ ਬਹੁਤ ਵੱਡੀ ਰੈਲੀ ਹੋ ਰਹੀ ਆ, ਉਸ ਸੰਬੰਧ ਦੇ ਵਿੱਚ ਗੁਰਾਇਆ ਨਗਰ ਤੋਂ ਜਿਹੜੀ ਸਾਡੀ ਡਿਊਟੀ ਲੱਗੀ ਸੀ ਕੱਲ੍ਹ ਰੈਲੀ ਲਈ, ਔਰ ਅੱਜ ਮਾਨਯੋਗ ਸਾਡੇ ਬਲਾਕ ਦੇ ਪ੍ਰਧਾਨ ਦੁੱਗਲ ਜੀ, ਸਾਡੇ ਸਿਟੀ ਪ੍ਰਧਾਨ ਜੈਨ ਸਾਹਿਬ, ਮੇਰੇ ਬਹੁਤ ਗੂੜੇ ਸਾਥੀ ਸੰਜੇ ਜੀ, ਦਾਰਾ ਸਿੰਘ ਜੀ, ਔਰ ਸਾਰੀ ਸਵਾਜੀ ਸਾਡੇ ਕੌਂਸਲ ਸਾਥੀ ਜਸਵਿੰਦਰ ਚਿੰਤਾ ਜੀ, ਜੀਵਨ ਜੀ, ਔਰ ਸਾਰੇ ਸਾਥੀਆਂ ਨੇ ਮਿਹਨਤ ਦੇ ਨਾਲ ਅਸੀਂ ਸਾਰੇ ਇਕੱਤਰ ਹੋ ਕੇ ਅੱਜ ਦਿੱਲੀ ਲਈ ਰਵਾਨਾ ਹੋ ਰਹੇ ਹਾਂ, ਔਰ ਇਹ ਮਾਣਯੋਗ ਸਾਡੇ ਹਰਮਨ ਪਿਆਰੇ ਨੇਤਾ ਚੌਧਰੀ ਸੰਤੋਖ ਸਿੰਘ ਜੀ, ਜਿਹੜੇ ਸਾਡੇ ਇਲਾਕੇ ਦੇ ਮੈਂਬਰ ਪਾਰਲੀਮੈਂਟ ਹੈ, ਔਰ ਸਾਡੇ ਵੱਡੇ ਵੀਰ ਚੌਧਰੀ ਵਿਕਰਮਜੀਤ ਸਿੰਘ ਜੀ, ਜਿਨ੍ਹਾਂ ਨੇ ਸਾਡੀਆਂ ਡਿਊਟੀਆਂ ਲਾਈਆਂ। ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਸਵੇਰੇ ਦਿੱਲੀ ਪਹੁੰਚ ਕੇ ਆਪਣੇ ਰੈਲੀ ਦੇ ਵਿੱਚ ਸ਼ਿਰਕਤ ਕਰਾਂਗੇ, ਔਰ ਜਦੋਂ ਵੀ ਕੋਈ ਕਾਂਗਰਸ ਪਾਰਟੀ ਦਾ ਸੁਨੇਹਾ ਆਏਗਾ, ਅਸੀਂ ਇੱਦਾਂ ਹਮ ਹਮਾ ਕੇ ਆਪਣਾ ਫਰਜ਼ ਸਮਝਦੇ ਹੋਏ ਹਮੇਸ਼ਾ ਕਾਂਗਰਸ ਦੇ ਸਮਰਪਿਤ ਰਵਾਂਗੇ। ਇਹਨਾਂ ਬੇਨਤੀਆਂ ਨਾਲ ਜਿੰਨੇ ਸੱਜਣ ਮੇਰੇ ਨਾਲ ਸਾਡੇ ਨਾਲ ਚੱਲੇ ਆ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਰਿਣੀ ਹਾਂ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੁਨੇਹੇ ਦੇ ਉੱਤੇ ਸਾਰੇ ਕੰਮ ਕਾਰ ਛੱਡ ਕੇ ਇੱਦਾਂ ਲੰਮੇ ਸਫ਼ਰ ਦੇ ਉੱਤੇ ਪਾਰਟੀ ਦੇ ਸੁਨੇਹੇ ਨੂੰ ਆਪਣੇ ਸਿਰ ਮੱਥੇ ਰੱਖਿਆ, ਔਰ ਇੱਕ ਵਾਰ ਫਿਰ ਸਮੁੱਚੀ ਸਾਧ ਸੰਗਤ ਜਿਹੜੀ ਨਾਲ ਚੱਲੀ ਉਹਦਾ ਕੋਟ ਕੋਟ ਧੰਨਵਾਦ। ਜੈ ਹਿੰਦ।